ਹਾਂ ਅਸੀਂ ਸਾਡਾ ਕਈ ਕਈ ਕਹਿ ਦਿੰਦੇ ਨੇ ਸਾਡਾ ਕਿਸੇ ਗਾਇਕ ਨਾਲ ਮਤਭੇਦ ਆ ਸਾਡਾ ਕਿਸੇ ਗਾਇਕ ਨਾਲ ਨਿੱਜੀ ਵਖਰੇਵੇਂ ਮੈਂ ਫੇਰ ਕਹਿਣਾ ਸਾਡੇ ਬਹੁਤ ਗਾਇਕਾਂ ਨਾਲ ਹੋ ਸਕਦਾ ਮੈਂ ਗਾਇਕਾਂ ਦੇ ਇਸ ਗੱਲੋਂ ਬਥੇਰੇ ਖਿਲਾਫ ਹੈਗਾ ਵੀ ਹਾਂ ਬੋਲਿਆ ਵੀ ਹਾਂ ਮੈਂ ਰਹੂੰਗਾ ਵੀ ਪਰ ਇੱਥੇ ਜੇ ਕੋਈ ਗਾਇਕ ਆਉਂਦਾ ਗਾਉਣ ਵਾਲਾ ਆਉਂਦਾ ਬੱਬੂ ਮਾਨ ਆਉਂਦਾ ਸਿੱਧੂ ਮੂਸੇਵਾਲਾ ਆਉਂਦਾ ਕੋਈ ਵੀ ਆਉਂਦਾ ਯਾਰ ਸਭ ਨੂੰ ਜੀ ਆਇਆ ਸਾਰੇ ਇਕੱਠੇ ਹੋ ਜਾਓ ਸਾਡਾ ਕਿਸੇ ਨਾਲ ਕੋਈ ਵਖਰੇਵਾਂ ਨਹੀਂ ਇਸ ਮਸਲੇ 'ਤੇ ਸਾਡਾ ਕੋਈ ਮਤਭੇਦ ਨਹੀਂ ਕੋਈ ਵਖਰੇਵਾਂ ਨਹੀਂ ਸਾਰੇ ਇਕੱਠੇ ਹੋ ਕੇ ਮੈਂ ਗਾਇਕਾਂ ਨੂੰ ਕਿਉਂ ਕਹਿਣਾ ਚਾਹੁੰਦਾ ਮੈਂ ਗਾਇਕਾਂ ਨੂੰ ਇਸ ਕਰਕੇ ਕਹਿਣਾ ਤੁਹਾਨੂੰ ਜਵਾਨੀ ਸੁਣਦੀ ਆ ਤੁਹਾਨੂੰ 15-15 18-18 20-20 ਸਾਲ ਵਾਲੇ 25-25 ਵਾਲੇ ਤੁਹਾਨੂੰ ਸੁਣਦੇ ਨੇ ਤੁਹਾਡੇ ਗੀਤ ਨੂੰ ਸੁਣਦੇ ਨੇ ਜਦੋਂ ਤੁਸੀਂ ਉਹਨਾਂ ਨੂੰ ਇਹ ਸੁਨੇਹਾ ਦਿਓਗੇ ਉਹਨਾਂ ਨੂੰ ਦੱਸੋਗੇ ਕਿ ਆਹ ਕਾਨੂੰਨ ਨੇ ਐਂ ਸਾਡੇ 'ਤੇ ਮਾਰੂ ਹੋਣਗੇ ਲਾਗੂ ਹੋਣਗੇ ਤਾਂ ਉਹ ਤੁਹਾਡੀ ਗੱਲ ਸੁਣ ਕੇ ਸੰਘਰਸ਼ ਦਾ ਹਿੱਸਾ ਬਣਨਗੇ ਇੱਕ ਲਾਮਬੰਦੀ ਕਰਨਗੇ ਤਾਂ ਮੈਂ ਤੁਹਾਨੂੰ ਕਹਿਣਾ ਕਲਾਕਾਰਾਂ ਨੂੰ ਆਉਣਾ ਚਾਹੀਦਾ ਵੀ ਮੈਦਾਨ 'ਚ ਹੁਣ ਸਾਰਿਆਂ ਨੂੰ ਸੱਦਾ ਦਿੱਤਾ ਹੁਣ ਤਾਂ ਆਏ ਵੇ ਹੀ ਆ ਪਰ ਆਉਣ ਦੀ ਚਲੋ ਇਕੱਲੇ ਕਲਾਕਾਰਾਂ ਨੂੰ ਨਹੀਂ ਆਪਾਂ ਇਕੱਲੇ ਕਲਾਕਾਰਾਂ ਦੀ ਨਹੀਂ ਆਪਾਂ ਗੱਲ ਕਰਦੇ ਸਾਰੇ ਯਾਰ ਕੋਈ ਸਿੱਖ ਧਰਮ ਜਥੇਬੰਦੀ ਹੈ ਕੋਈ ਹਿੰਦੂਆਂ ਦੀ ਜਥੇਬੰਦੀ ਹੈ ਕੋਈ ਮੁਸਲਮਾਨਾਂ ਦੀ ਜਥੇਬੰਦੀ ਹੈ ਸਾਰਿਆਂ ਨੂੰ ਮਸਲਾ ਕਿਹੜਾ ਇਕੱਲੇ ਸਿੱਖਾਂ ਨਾਲ ਸੰਬੰਧ ਥੋੜ੍ਹੀ ਹੈਗਾ ਧੰਨਵਾਦ ਮੈਂ ਉਹਨਾਂ ਹਿੰਦੂ ਭਰਾਵਾਂ ਦਾ ਜਿਹੜੇ ਆੜਤ ਗਏ ਜਿਹੜੇ ਵਪਾਰੀ ਉਹਦੇ ਦੁਕਾਨਾਂ ਬੰਦ ਕਰਕੇ ਇਕੱਠਾਂ ਦੇ ਵਿੱਚ ਵੀ ਆਇਆ ਉਹਨਾਂ ਦਾ ਵੀ ਧੰਨਵਾਦ ਉਹ ਵੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਮਾਰ ਸਾਡੇ ਦੀ ਪੈਂਟ ਪੈ ਹੀ ਗਈ ਵੱਡੇ ਵੱਡੇ ਮਾਲ ਖੁੱਲ੍ਹ ਗਏ ਛੋਟੀਆਂ ਦੁਕਾਨਾਂ ਵਾਲੇ ਮਰ ਗਏ ਛੋਟੀ ਦੁਕਾਨ ਕੋਈ ਕੰਮ ਹੀ ਨਹੀਂ ਰਿਹਾ ਜਦੋਂ ਮਾਨੀ ਅਡਾਨੀ ਆ ਗਏ ਇੱਥੇ ਆ ਗਏ ਅਤੇ ਫਿਰ ਆ ਜਿਹੜੇ ਆੜਤਕੇ ਨੇ ਜਿਹੜੇ ਸ਼ੈਲਡਰ ਲਾਈ ਬੈਠੇ ਨੇ ਇਹਨਾਂ ਦਾ ਵੀ ਕੰਮ ਖਤਮ ਹੈ ਇਹਦਾ ਇਹ ਸਾਨੂੰ ਸਮਝ ਲੱਗ ਰਹੀ ਹੈ ਗੱਲ ਦੀ ਤਾਂ ਮਸਲਾ ਇਕੱਲਾ ਕਿਸੇ ਵੀ ਇੱਕ ਧਿਰ ਦਾ ਨਹੀਂ ਮੈਂ ਆਮ ਗੱਲ ਕਹਿਣਾ ਹੁੰਦਾ ਕਿ ਜਦੋਂ ਧਰਤੀ ਖਤਮ ਹੋਊਗੀ ਇਹ ਪਾਣੀ ਸਾਡੇ ਖੋਏ ਜਾਣਗੇ ਸਾਡੀ ਜਵਾਨ ਨੂੰ ਮਾਰਿਆ ਜਾਊਗਾ ਤਾਂ ਉਹਦਾ ਅਸਰ ਇਕੱਲੇ ਸਿੱਖਾਂ 'ਤੇ ਨਹੀਂ ਪੈਣਾ ਸਾਰਿਆਂ 'ਤੇ ਪੈਣਾ ਸੋ ਯਾਰ ਇਹੀ ਮੈਂ ਬੇਨਤੀ ਆ ਅਪੀਲ ਆ ਕੋਈ ਗੱਲ ਹੋਰ ਰਹਿ ਕੇ ਤਾਂ ਧੰਨਵਾਦ ਹੈ ਵੈਸੇ ਮੈਂ ਕਹਿਣਾ ਹੁੰਦਾ ਕਿ ਧੰਨਵਾਦ ਕਰਨਾ ਨਹੀਂ ਬਣਦਾ ਕਿਉਂਕਿ ਲੜਾਈ ਅਸੀਂ ਧੰਨਵਾਦ ਤਾਂ ਕਰਕੇ ਜੇ ਇੱਥੇ ਲੱਖੇ ਨੇ ਕਿਤੇ ਤੁਹਾਨੂੰ ਆਪਦੇ ਪ੍ਰੋਗਰਾਮ 'ਤੇ ਬੁਲਾਇਆ ਹੋਵੇ ਮੇਰਾ ਲੱਖੇ ਨਿੱਜੀ ਪ੍ਰੋਗਰਾਮ 'ਤੇ ਤੁਸੀਂ ਆ ਜਾਓ ਇਹ ਲੜਾਈ ਤੁਹਾਡੀ ਸਾਰਿਆਂ ਦੀ ਹੈ ਸਾਡੀ ਸਾਰਿਆਂ ਦੀ ਹੈ ਸਾਨੂੰ ਇਹੀ ਸਮਝਣਾ ਚਾਹੀਦਾ ਕਿ ਨਹੀਂ ਸਾਨੂੰ ਕੋਈ ਗਾਇਕ ਸੱਦਾ ਦੇ ਰਿਹਾ ਨਾ ਇਹ ਨਾ ਸਮਝ ਕਰੋ ਸਾਨੂੰ ਅਸੀਂ ਗਾਇਕ ਦੇ ਕਹੇ ਜਾਣਾ ਅਸੀਂ ਕਿਸੇ ਜਥੇਬੰਦੀ ਦੇ ਕਹੇ ਜਾਣਾ ਅਸੀਂ ਕਿਸੇ ਲੱਖੇ ਦੇ ਕਹੇ ਜਾਣਾ ਕਿਸੇ ਦੂਜੇ ਤੀਜੇ ਦੇ ਕਹੇ ਜਾਣਾ ਨਹੀਂ ਅਸੀਂ ਜਾਣਾ ਇਹ ਸਮਝ ਕੇ ਜਾਣਾ ਕਿ ਨਹੀਂ ਇਹ ਧਰਤੀ ਇਹ ਜ਼ਮੀਨ ਸਾਡੀ ਮਾਂ ਹੈ ਇਹ ਪਾਣੀ ਇਹ ਪੰਜਾਬ ਸਾਡਾ ਪਿਓ ਹੈ ਅਸੀਂ ਇਹਦੇ ਲਈ ਜਾਣਾ ਇਹਦੇ ਲਈ ਲੜਨਾ ਇਹਦੇ ਲਈ ਮਰਨਾ ਤਾਂ ਮੇਰਾ ਵੀਰ ਮੈਂ ਅਖੀਰ ਦੇ ਉੱਤੇ ਇਹੀ ਤੁਹਾਨੂੰ ਬੇਨਤੀ ਅਪੀਲ ਕਰਦਾ ਕਿ ਅਸੀਂ ਵੱਖ ਵੱਖ ਜਥੇਬੰਦੀਆਂ ਦੇ ਨਾਲ ਗੱਲਬਾਤ ਕਰੀ ਵੀ ਜਾ ਰਹੇ ਹਾਂ ਕਰਕੇ ਉਹਨਾਂ ਨੂੰ ਅਸੀਂ ਪੁੱਛ ਕੇ ਮੈਂ ਦੁਬਾਰਾ ਫਿਰ ਕਹਿੰਦਾ ਉਹਨਾਂ ਨੂੰ ਬੇਨਤੀ ਹੱਥ ਬੰਨ ਕੇ ਕਰਦਾ ਕਿ ਇੱਕ ਮੰਚ 'ਤੇ ਇਕੱਠੇ ਹੋ ਕੇ ਯਾਰ ਆਪਾਂ ਕੋਈ ਦਿੱਲੀ ਨੂੰ ਸੇਕ ਲੱਗ ਗਏ ਠੀਕ ਆ ਪੰਜਾਬ ਦੇ ਵਿੱਚ ਬਹੁਤ ਵਧੀਆ ਆਪਾਂ ਲਾਮਬੰਦੀ ਖੜੀ ਕਰ ਲਈ ਲੋਕ ਵੀ ਖੜੇ ਹੋ ਗਏ ਜੁੜ ਵੀ ਗਏ ਨਾਲ ਲੋਕ ਆਪ ਮਹਾਰੇ ਆ ਵੀ ਰਹੇ ਨੇ ਹੁਣ ਦਿੱਲੀ ਨੂੰ ਕੋਈ ਨਾ ਕੋਈ ਸੇਕ ਲਾਉਣਾ ਪੈਣਾ ਅਤੇ ਉਹ ਸੇਕ ਲਾਉਣ ਦੇ ਲਈ ਸਾਨੂੰ ਕੋਈ ਨਾ ਕੋਈ ਸੰਘਰਸ਼ ਵਿੱਢਣਾ ਪੈਣਾ ਉਹ ਅਸੀਂ ਜੇ ਅਸੀਂ ਪੰਜਾਬ 'ਚ ਉਹ ਸੰਘਰਸ਼ ਨੂੰ ਕਈ ਵਾਰੀ ਪਤਾ ਕੀ ਹੁੰਦਾ ਸੰਘਰਸ਼ ਨੂੰ ਆਪਾਂ ਪੰਜਾਬ 'ਚ ਘੁਮਾਈ ਜਾਵਾਂਗੇ ਉਹ ਲੰਮਾ ਪੈ ਜਾਣਾ ਲੰਮੇ 'ਚੋਂ ਅੱਗੇ ਕਣਕ ਝੋਨੇ ਦੀ ਵਾਢੀ ਆਉਣੀ ਹੈ ਝੋਨਾ ਵੱਢਣ ਲੱਗ ਜਾਣਾ ਅਤੇ ਉਹ ਫਿਰ ਹੌਲੀ 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 ਗੱਲ ਘੀਂਗੇ ਜੇ ਪੈਂਦੀ ਗੱਲ ਵਿਸਰ ਜਾਂਦੀ ਹੈ ਅਤੇ ਲੋਕ ਫਿਰ ਨਿਰਾਸ਼ਤਾ ਜੀ 'ਚ ਵੀ ਆ ਜਾਂਦੇ ਨੇ ਵੀ ਯਾਰ ਇਹ ਤਾਂ ਐਂ ਤੁਰੀ ਫਿਰਦੇ ਨੇ ਯਾਰ ਸਮਾਂ ਜਾ ਹਾਂ ਮੇਰਾ ਵੀ ਸੰਘਰਸ਼ਾਂ ਦਾ ਤਜਰਬਾ ਰਿਹਾ ਮੈਂ ਉੱਥੇ ਵੀ ਨੌਜਵਾਨਾਂ ਨੂੰ ਕਹਿੰਦਾ ਸੀ ਮੈਨੂੰ ਨਾਲ ਦੇ ਮੁੰਡੇ ਕਹਿੰਦੇ ਚੱਕਦੇ ਬਾਈ ਸ਼ੰਭੂ ਨੂੰ ਚੱਲਦੇ ਹਾਂ ਮੈਂ ਕਿਹਾ ਜਾ ਵੜੋਂਗੇ ਤੁਹਾਡੇ ਚਾਰ ਵਿਛਾੜਾ ਮਾਰ ਕੇ ਤੁਹਾਨੂੰ ਪਿੱਛੇ ਮੋੜ ਦੇਣਗੇ ਚਾਰ ਡਾਂਗਾ ਮਾਰ ਕੇ ਮੋੜ ਦੇਣਗੇ ਅਖਬਾਰਾਂ ਦੀਆਂ ਸੁਰਖੀਆਂ ਬਣ ਜਾਓਗੇ ਵੱਡੇ ਵੱਡੇ ਚੈਨਲਾਂ ਦੀਆਂ ਹੈਡਲਾਈਨਾਂ ਬਣ ਜਾਓਗੇ ਪਰ ਪ੍ਰਾਪਤੀ ਨਹੀਂ ਹੋਣੀ ਪ੍ਰਾਪਤੀ ਹੁੰਦੀ ਹੈ ਜਿੱਥੇ ਅਸੀਂ ਡੰਡੇਰੇ ਨਾਲ ਜੋਸ਼ ਦੇ ਨਾਲ ਹੋਸ਼ ਅਤੇ ਦਿਮਾਗ ਤੋਂ ਵੀ ਕੰਮ ਲੈ ਕੇ ਰਣਨੀਤੀ ਘੜ ਕੇ ਅਸੀਂ ਜੇ ਚੱਲਾਂਗੇ ਰਣਨੀਤੀਆਂ ਬਣਾ ਕੇ ਕਿਉਂਕਿ ਰਣਨੀਤੀਆਂ ਬਣਾਉਣ ਦੇ ਲਈ ਮੈਂ ਕਹਿੰਦਾ ਹੁੰਦਾ ਵੀ ਜਿਹੜੇ ਬੰਦੇ ਸੰਘਰਸ਼ਾਂ 'ਚੋਂ ਨਿਕਲੇ ਨੇ ਜਿਨ੍ਹਾਂ ਨੇ ਲੰਬੇ ਮੈਂ ਕਿਸਾਨ ਜਥੇ ਬੰਦਿਆਂ ਦੀ ਵਾਰ ਵਾਰ ਕਿਉਂ ਗੱਲ ਕਰਦਾ ਉਹਨਾਂ ਨੇ ਸੰਘਰਸ਼ ਦੇਖੇ ਨੇ ਹੰਢਾਏ ਨੇ ਉਹਨਾਂ ਦੀ ਅਗਵਾਈ ਹੋਵੇ ਨਾਲ ਜਿਹੜਾ ਜੋਸ਼ ਹੈ ਉਹ ਨੌਜਵਾਨਾਂ ਦਾ ਹੋਵੇ ਧੱਕਾ ਫਿਰ ਦੇਖੋ ਗੱਲ ਬਣਦੀ ਕਿ ਕਿਵੇਂ ਦਿੱਲੀ ਨੂੰ ਹੱਥਾਂ ਪੈਰਾਂ ਦੀ ਪੈਂਦੀ ਤਾਂ ਇਹ ਮੈਂ ਗੱਲ ਤੁਹਾਨੂੰ ਤਾਂ ਕਰਦਾ ਬਹੁਤ ਛੇਤੀ ਮੇਰਾ ਵੀਰ ਅਸੀਂ ਗੱਲਬਾਤ ਕਰਕੇ ਮੈਂ ਫਿਰ ਕਹਿੰਦਾ
ਨਵਾਂ ਪ੍ਰੋਗਰਾਮ ਤੁਹਾਨੂੰ ਆਪਾਂ ਬਿਲਕੁਲ ਅਸੀਂ ਇਸੇ ਤੇ ਹੀ ਦੇਵਾਂਗੇ, ਦਿੱਲੀ ਵੱਲ ਨੂੰ ਕੂਚ ਕਰਨ ਦਾ ਹੀ ਦੇਵਾਂਗੇ। ਠੀਕ ਹੈ ਨਾ, ਇੱਧਰੋਂ ਘੱਟ ਸਾਡਾ ਗੁਜ਼ਾਰਾ ਹੋਣਾ ਹੀ ਨਹੀਂ। ਅਤੇ ਮੈਂ ਸੁਖਬੀਰ ਬਾਦਲ ਨੂੰ ਵੀ ਕਹਿਣਾ ਚਾਹੁੰਦਾ, ਮੈਂ ਆਪਣੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਹਿਣਾ ਚਾਹੁੰਦਾ, ਮੇਰੀ ਇਹਨਾਂ ਦੇ MLA ਨਾਲ ਵੀ ਕਈਆਂ ਨਾਲ ਗੱਲ ਹੋਈ, ਜਿਵੇਂ ਪ੍ਰਗਟ ਸਿੰਘ ਨੇ ਜਲੰਧਰ ਵਾਲੇ ਜਾਂ ਹੋਰ ਨੇ ਇੱਕ ਦੋ, ਮੈਂ ਉਹਨਾਂ ਨੂੰ ਵੀ ਸੁਝਾਅ ਦਿੱਤਾ, ਮੈਂ ਭਾਈ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਮਾੜਾ ਮੋਟਾ ਹੁਣ ਜਗਾਓ ਕਿ ਹੁਣ ਇਹ ਵੇਲਾ ਰਾਜਨੀਤੀਆਂ ਕਰਨ ਦਾ ਨਹੀਂ ਆ, ਹੁਣ ਤਾਂ ਸਾਰੇ ਅਸੀਂ ਮਰ ਚੁੱਕੇ ਹਾਂ, ਤੁਹਾਡੀਆਂ ਰਾਜਨੀਤੀਆਂ, ਤੁਸੀਂ MLA ਵਜ਼ੀਰ ਤਾਂ ਹੀ ਬਣੋਗੇ ਜੇ ਪੰਜਾਬ ਰਹੂਗਾ, ਤੁਹਾਡੇ ਤੁਸੀਂ ਕਿਹਦੇ ਸਿਰ 'ਤੇ ਫਿਰ ਕੱਲ੍ਹ ਨੂੰ ਰਾਜਨੀਤੀਆਂ ਕਰਨੀਆਂ ਚੌਧਰਾਂ ਕਰਨੀਆਂ ਨੇ ਜੇ ਲੋਕ ਹੀ ਮਰ ਗਏ ਤਾਂ। ਹੁਣ ਉਹ ਵੇਲਾ ਨੇ ਰਿਹਾ ਨਹੀਂ, ਇਹ ਛੋਟੀਆਂ ਗੱਲਾਂ ਨੇ MLA ਵਜ਼ੀਰ ਦੀਆਂ ਛੋਟੀਆਂ ਗੱਲਾਂ ਨੇ ਭਰਾਵੋ। ਤਾਂ ਉਹਨਾਂ ਨੂੰ ਮੈਂ ਚਾਹੇ ਸੁਖਬੀਰ ਆ, ਚਾਹੇ ਕੋਈ, ਚਾਹੇ ਭਗਵੰਤ ਮਾਨ ਹੈ, ਚਾਹੇ ਕੋਈ ਹੋਰ ਨੇ, ਅਤੇ ਚਾਹੇ ਕੈਪਟਨ ਆ, ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਯਾਰ ਹੁਣ ਤੁਸੀਂ ਲੋਕਾਂ ਨਾਲ ਖੜ ਜਾਓ ਆ ਕੇ। ਘਰੇ ਬੈਠੇ ਹਜੇ ਵੀ ਲੋਕ ਮੰਨ ਲਓ ਸਮਝੇ ਨਹੀਂ, ਨਹੀਂ ਬਾਈ ਕੋਈ ਗੱਲ ਨਹੀਂ ਸੁਣੀ ਜਾਂਦੀ ਹੈ। ਇੱਕ ਬੰਦੇ ਦਾ ਮੈਨੂੰ ਫੋਨ ਆਇਆ, ਕਹਿੰਦਾ ਲੱਖਾ ਸੁਣਾਉਣਾ ਬਾਈ ਖੱਲਾ ਹਰਿਆਣੇ ਨੂੰ ਟੱਪ ਗਿਆ। ਹਜੇ ਵੀ ਮੰਨ ਲਓ ਵੀ ਘਰੇ ਬੈਠੇ ਫੋਨ ਕਰੀ ਜਾਂਦੇ, ਮੰਨ ਲਓ ਤੁਰ ਕਿਉਂ ਮੈਂ ਰਾਜੀ ਨਹੀਂ। ਕਹਿੰਦਾ ਬਾਈ ਕਹਿੰਦਾ ਮੈਂ ਤਾਂ ਸੁਣਿਆ ਵੀ ਸੁਣਾਉਣਾ ਪਾ ਟੱਪ ਗਿਆ, ਬਾਰਡਰ ਟੱਪ ਜਾਵਾਂਗੇ, ਬਾਰਡਰ ਬੂਡਰ ਜਿਹੜੇ ਨੇ ਵੱਡੇ ਵੱਡੇ ਟੱਪ ਜਾਵਾਂਗੇ, ਬਾਰਡਰਾਂ ਬੂਡਰਾਂ ਦੀ ਨਹੀਂ ਗੱਲ ਹੈਗੀ, ਗੱਲ ਹੁੰਦੀ ਆ ਬਾਰਡਰ ਟੱਪਣ ਦੇ ਉੱਤੇ ਸਾਨੂੰ ਮਿਲਿਆ ਕੀ, ਬਸ ਇੰਨੀ ਗੱਲ। ਸੰਘਰਸ਼ ਕੌਮ ਨੇ ਬੜੇ ਕੀਤੇ ਨੇ, ਪਰ ਉਹਨਾਂ ਦੇ ਵਿੱਚੋਂ ਪ੍ਰਾਪਤੀ ਜਦੋਂ ਅਸੀਂ ਦੇਖਦੇ ਹੁੰਦੇ ਹਾਂ ਨਾ, ਤਾਂ ਜਿਹੜੀ ਪ੍ਰਾਪਤੀ ਜਦੋਂ ਉਹ ਸੰਘਰਸ਼ ਕਾਮਯਾਬ ਮੰਨੇ ਜੀ, ਜਦੋਂ ਪ੍ਰਾਪਤੀ ਹੋ ਗਈ ਉਹ ਸੰਘਰਸ਼ ਨਹੀਂ ਕਾਮਯਾਬ ਮੰਨੇ ਜਾਂਦੇ, ਜਿਹੜੇ ਜੇਲ੍ਹਾਂ ਵੀ ਵਗ ਗਏ, ਜਿਹੜੇ ਕੁਛ ਨੁਕਸਾਨ ਵੀ ਕਰਾ ਲਿਆ, ਤਾਂ ਸੰਘਰਸ਼ਾਂ 'ਚ ਮੈਂ ਇਹੋ ਗੱਲ ਪੜ੍ਹੀ ਅਤੇ ਲਿਖੀ ਅਤੇ ਮਤਲਬ ਕਿ ਪੜ੍ਹੀ ਅਤੇ ਸਿੱਖੀ ਹੈ ਹੁਣ ਤੱਕ, ਜਿੰਨਾ ਕੁ ਮੇਰਾ ਤਜਰਬਾ ਰਿਹਾ ਕਿ ਸੰਘਰਸ਼ ਦੇ ਵਿੱਚੋਂ ਪ੍ਰਾਪਤੀ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਤਾਂ ਮੈਂ ਉੱਥੇ ਵੀ ਗੱਲ ਸਾਂਝੀ ਕਰਦਾ, ਮੈਂ ਅੱਜ ਫੇਰ ਕਰਦਾ, ਅਸੀਂ ਪੰਜਾਬੀ ਮਾਂ ਬੋਲੀ ਵਾਲੇ ਮਸਲੇ ਨੂੰ ਲੈ ਕੇ ਸਾਰੇ ਸੀਗੇ ਅਸੀਂ, ਤਾਂ ਉੱਧਰ ਚੰਡੀਗੜ੍ਹ ਨੂੰ ਤੁਰ ਪਏ ਇਕੱਠੇ ਹੋ ਕੇ, ਸਾਨੂੰ ਚੰਡੀਗੜ੍ਹ ਵਾਲੇ ਹੱਦ 'ਤੇ ਘੇਰ ਲਿਆ ਮੁਹਾਲੀ ਵਾਲੇ, ਅਤੇ ਸਾਡੇ ਪਛਾੜਾਂ ਮਛੂੜਾਂ ਮਾਰ, ਸਾਡੇ ਸਿਰ ਪਾੜ 'ਤੇ ਡਾਂਗਾਂ ਡੂੰਗਾਂ ਮਾਰ, ਤਿੰਨ ਚਾਰ ਦੇ ਸਿਰ ਪਾੜ 'ਤੇ ਸਾਡੇ, ਸਾਨੂੰ ਅੱਧਾ ਘੰਟਾ ਖੋਜੀ ਗਏ, ਉਹ ਘੰਟਾ ਖੋਜੀ ਗਏ, ਅਸੀਂ ਲਾਲ ਨੂੰ ਵੀ ਤੋੜਤੀ ਸੀ ਉਹਨਾਂ ਦੀ, ਆਪਣੇ ਉਹ ਜਿਹੜੇ ਬੈਰੀਕੇਡ 'ਚ ਪਾਈ ਵੀ ਸੀ। ਹਾਂ, ਅਤੇ ਤੁਸੀਂ ਇਹ ਦੇਖੋ ਅਸੀਂ ਘੰਟਾ ਖੋਜ ਕੇ ਉੱਥੇ ਹੰਭ ਹੁੰਭ ਕੇ, ਸਾਨੂੰ ਪੁਲਿਸ ਵਾਲੇ ਕਹਿੰਦੇ, ਉੱਥੇ ਪ੍ਰਸ਼ਾਸਨ ਕਹਿੰਦਾ ਵੀ 10 ਜਾਣੇ ਆ ਜਾਓ ਗਵਰਨਰ ਨੂੰ ਮਿਲਾ ਦਿੰਦੇ, ਸਾਨੂੰ 10 ਨੂੰ ਲੈ ਗਏ ਗਾਹਾਂ, ਉੱਥੇ ਗਵਰਨਰ ਮਿਲਿਆ ਵੀ ਨਹੀਂ, ADC ਮਿਲ ਕੇ ਸਾਨੂੰ ਵਾਪਸ ਮੋੜਤਾ। ਮੈਂ ਆ ਕੇ ਸੋਚਿਆ ਮੈਂ ਘੰਟਾ ਇੱਥੇ ਖੋਜੀ ਗਏ ਹਾਂ, ਸਿਰ ਵੀ ਪੜਵਾ ਲਏ ਇੱਕ ਦੋ ਦੇ, ਉਹ ਪਾਣੀ ਜਿਹੇ ਨੇ ਐਡੀ ਬੁਰੀ ਤਰ੍ਹਾਂ ਭੰਨੇ, ਕਈ ਦਿਨ ਪਾਸੇ ਦੁਖੀ ਗਏ ਆ। ਤਾਂ ਮੈਂ ਕਿਹਾ ਪਰ ਇਹਦੀ ਪ੍ਰਾਪਤੀ ਕੀ ਹੋਈ, ਪ੍ਰਾਪਤੀ ਹੋਊ ਜਦੋਂ ਲੋਕ ਲਹਿਰਾਂ ਬਣ ਗਈਆਂ, ਲੋਕ ਹਜੂਮ ਇਕੱਠਾ ਹੋ ਗਿਆ ਲੱਖਾਂ ਦੀ ਗਿਣਤੀ ਦੇ ਉੱਤੇ, ਲੋਕ ਇਹ ਸਮਝ ਲਾ ਕੇ ਨਹੀਂ ਇਹ ਮੈਂ ਆ, ਮੈਂ ਇਹ ਨਾ ਸੋਚਿਆ ਕਰੋ ਫਲਾਨਾ ਬੰਦਾ ਕਹੂਗਾ, ਧਿਮਕਾ ਕਹੂਗਾ, ਅਸੀਂ ਫੇਰ ਤੁਰਨਾ ਫੇਰ ਆਉਣਾ, ਇਹ ਸੋਚਿਆ ਕਰੋ ਕਿ ਅਸੀਂ ਹਾਂ ਯਾਰ, ਮੈਂ ਲੀਡਰ ਹਾਂ, ਕਹਿ ਇਹ ਪੰਜਾਬ ਦਾ ਲੀਡਰ ਹਰ ਇੱਕ ਬੰਦਾ ਮੰਨੇ ਕਿ ਮੈਂ ਹੀ ਹਾਂ, ਇਹ ਲੋਕਾਂ ਦੀ ਲੜਾਈ ਹੈ, ਇੱਕ ਲੀਡਰ ਲੂਡਰਾਂ ਦੀ ਲੜਾਈ ਨਹੀਂ ਰਹਿ ਗਈ, ਹੁਣ ਇਹ ਇੱਕ ਲੋਕ ਸੰਘਰਸ਼ ਬਣ ਗਿਆ, ਲੋਕ ਲਹਿਰ ਬਣ ਗਈ ਆ, ਪਾਸੀ ਦਾ ਸਿਰ ਪੱਕਾ ਹੋਕਾ ਦੇਣ ਵਾਲੇ ਹੈ, ਕੁੱਕਰ ਹੈ, ਇੱਕ ਹੋਕਾ ਦੇਣਾ ਵੀ ਭਾਈ ਆ ਜਾਓ ਆ ਆ ਇੱਥੇ ਆ ਆਹ ਕੁਛ ਹੋ ਰਿਹਾ ਅਤੇ ਆਹ ਕਰ ਲਓ। ਬੋਲੀ ਦਾ ਰਾਜਸਥਾਨ ਚੋਂ ਜੰਮੂ ਹਰਿਆਣਾ ਚੱਕਤੀ ਉਹਨਾਂ ਨੇ ਖਤਮ, ਤੇ ਦਿੱਲੀ SYL ਦੀ ਤਿਆਰੀ ਹੈ, ਫਿਰ ਸਰਸਵਤੀ ਨੂੰ ਕਹਿੰਦੇ ਅਸੀਂ ਲੈ ਕੇ ਜਾਣਾ ਇੱਥੋਂ ਕੱਢ ਕੇ, ਦਰਿਆ ਜੋੜਨੇ ਆ, ਪਾਣੀ ਸਾਡਾ ਲੈ ਜਾਣਾ ਸਾਨੂੰ, ਸਮਝੋ ਗੱਲ, ਇੱਕੋ ਗੱਲ ਦਿਮਾਗ 'ਚ ਬਿਠਾ ਲਓ, ਉਹ ਸਾਡੀ ਹੋਂਦ ਹਸਤੀ ਨੂੰ ਖਤਮ ਕਰਨਾ ਚਾਹੁੰਦੇ ਨੇ, ਸਾਡੀ ਵਿਰਾਸਤ ਨੂੰ ਮਾਰਨਾ ਚਾਹੁੰਦੇ ਨੇ, ਸਾਡੇ ਧਾਰਮਿਕ ਫਲਸਫੇ ਨੂੰ ਮਾਰਨਾ ਚਾਹੁੰਦੇ ਨੇ, ਇਹ ਦੇਖੋ ਇੱਕ ਹੋਰ ਸੁਣ ਲਓ ਰਹਿ, ਇਹ ਲੜਾਈ ਇਹ ਗੱਲ ਤੈਅ ਕਰੂਗੀ ਕਿ ਇਹ ਲੋਕ ਕਿੰਨੇ ਕੁ ਲੜਾਕੂ ਨੇ, ਕਿੰਨਾ ਕੁ ਸੰਘਰਸ਼ ਕਰਨ ਵਾਲੇ ਨੇ, ਕਿੰਨੀ ਕੁ ਲਾਮਬੰਦੀ ਵਾਲੇ ਨੇ, ਕਿੰਨਾ ਕੁ ਤਿੱਖਾ ਸੰਘਰਸ਼ ਕਰ ਸਕਦੇ, ਕਿੰਨਾ ਕੁ ਸਰਕਾਰ ਨੂੰ ਪਿੱਛੇ ਹਟਾ ਸਕਦੇ ਹੈ, ਜੇ ਇਹ ਅੱਜ ਆਪਾਂ ਪਿੱਛੇ ਹਟ ਗਏ ਨਾ, ਇਹ ਸੰਘਰਸ਼ ਦੇ ਵਿੱਚ ਆਪਾਂ ਨੂੰ ਨਾ ਕੁਛ ਹਾਸਲ ਹੋਇਆ, ਯਾਦ ਰੱਖਿਓ, ਤਾਂ SYL ਇਹਨਾਂ ਨੇ ਉੱਥੇ 10 ਬੰਦੇ, ਮੈਂ ਬਾਹਲੇ ਨਹੀਂ, ਮੈਂ ਕਹਿੰਦਾ 100 ਕੁ ਬੰਦਾ ਉੱਥੇ ਫੌਜ ਦਾ ਲਾ ਕੇ ਖੜ ਦੇਣਗੇ। ਕੱਲ ਹਰਿਆਣੇ ਵਾਲੇ ਉੱਥੇ ਆਏ ਸੀ ਸ਼ੰਭੂ ਦਾ, ਹੋਰ ਵੀ ਸੁਣ ਲਓ, ਹੁਣ ਉਹ ਹਰਿਆਣੇ ਵਾਲੇ ਕਹਿ ਦੇਣਗੇ ਬਾਈ ਕਿ ਤੁਸੀਂ ਇੱਕ ਪਾਸੇ ਕਹਿੰਦੇ ਹਰਿਆਣਾ ਦੇ ਪੰਜਾਬ ਇਕੱਠਾ ਹੋ ਜਾਓ, ਦੂਜੇ ਪਾਸੇ ਤੁਸੀਂ ਕਹਿੰਦੇ ਕਿ SYL ਦਾ ਮਸਲਾ, ਤਾਂ ਅਸੀਂ ਉੱਥੇ ਵੀ ਇਹ ਗੱਲ ਰੱਖਣੀ ਚਾਹੁੰਦੇ ਹਾਂ ਕਿ ਜਮਨਾ ਦਾ ਪਾਣੀ, ਜਮਨਾ ਨਦੀ ਦਾ ਪਾਣੀ ਇਕੱਲਾ ਹਰਿਆਣੇ ਨੂੰ ਮਿਲੇ। ਤਾਂ ਮੈਂ ਅੱਜ ਵੀ ਗੱਲ ਰੱਖਣੀ ਚਾਹੁੰਦਾ ਕਿ ਪੰਜਾਬ 'ਚ ਪੰਜਾਬ ਨੂੰ ਵੀ ਸਾਡੇ ਨੂੰ ਜਮਨਾ ਦੇ ਵਿੱਚੋਂ ਹਿੱਸਾ ਦੇ ਦਿੱਤਾ ਜਾਵੇ, ਅਸੀਂ ਇੱਧਰੋਂ ਵੀ ਦੇ ਦਿੱਤੇ, ਇਹ ਗੱਲ ਸਾਫ਼ ਹੋ, ਅਸੀਂ ਮੰਨਦੇ ਹਾਂ ਪੰਜਾਬ ਦਾ ਛੋਟਾ ਭਰਾ ਹਰਿਆਣਾ ਪੰਜਾਬ ਦੇ ਵਿੱਚੋਂ ਨਿਕਲਿਆ ਹੋਇਆ ਸੂਬਾ, ਪਰ ਉਹ ਸਾਡਾ
ਰਾਜਸਥਾਨ ਸਾਡਾ ਕੋਈ ਲਾਗਾ ਦੇ ਗਿਆ ਨਹੀਂ, ਨਾ ਸਾਡਾ ਨਾ ਸਾਡਾ ਭਰਾ, ਨਾ ਕੋਈ ਚਾਚੇ ਤਾਏ ਦਾ ਪੁੱਤ, ਨਾ ਕੋਈ ਹੋਰ। ਉਹ ਸਾਡਾ ਮਣਾ ਮੂਹੀ ਪਾਣੀ ਕਿੰਨੇ ਸਾਲਾਂ ਤੋਂ ਲੈ ਕੇ ਸਾਲਾਂ ਬੱਧੀ ਕਿੰਨਾ ਉਹੀ ਮੁਫਤ ਜੀ ਲੈ ਗਿਆ। ਅਸੀਂ ਤਾਂ ਉਹੀ ਇਕੱਲਾ ਮੋੜ ਲੱਗੇ, ਉਹੀ ਰੋਕ ਲੱਗੇ, ਤਾਂ ਹੀ ਸਾਡੇ ਬਾਰੇ ਨਾਰੇ ਹੋ ਜਾਣੇ। ਕੋਈ ਰੁਪਈਆ ਸਾਨੂੰ ਉਹਦਾ ਦੇ ਵੀ ਨਹੀਂ ਰਿਹਾ, ਕਿੰਨੀ ਕਿੰਨੀ ਰਾਇਲਟੀ, ਕਿੰਨਾ ਪੈਸਾ ਸਾਡਾ ਰਾਜਸਥਾਨ ਦੇ ਦਿੱਤੇ। ਅਤੇ ਅਸੀਂ ਰਾਜਸਥਾਨ 'ਚ ਜ਼ਮੀਨ ਵੀ ਨਹੀਂ ਖਰੀਦ ਸਕਦੇ, ਮਰਲਾ ਜ਼ਮੀਨ ਨਹੀਂ ਖਰੀਦ ਸਕਦੇ। ਹਿਮਾਚਲ ਵਾਜੋ, ਮਹਾਰਾਸ਼ਟਰ ਵਾਜੋ, ਪੰਜਾਬ ਦੇ ਵਿੱਚ ਜਿਹੜਾ ਬੰਦਾ ਜਿੱਥੋਂ ਮਰਜ਼ੀ ਚੱਲਿਆ ਆਵੇ ਅਤੇ ਜੋ ਮਰਜ਼ੀ ਉੱਥੇ ਖਰੀਦੀ ਜਾਵੇ। ਰਹਿੰਦੀ ਖੁੰਹਦੀ ਸਰਕਾਰ ਆ, ਸਰਕਾਰੀ ਜ਼ਮੀਨਾਂ ਨੂੰ ਰੋਕ ਰੋਕ ਕੇ ਲੋਕਾਂ ਦੀਆਂ ਜ਼ਮੀਨਾਂ ਬਾਹਰ ਕਰ ਕਰਕੇ ਕੰਪਨੀਆਂ ਨੂੰ ਦਵਾਈ ਜਾਂਦੀ ਹੈ ਵੀ ਆਹ ਦੱਬ ਲਵਾ ਕੇ ਇੰਨਾ, ਇੱਥੇ 2000 ਕਿੱਲਾ, 3000 ਕਿੱਲਾ ਦੱਬ। ਆਹ 3000 ਏਕੜ ਦੇ ਵਿੱਚ ਲੁਧਿਆਣੇ ਕੋਲ ਬਣ ਰਿਹਾ, ਇਹਨਾਂ ਦਾ ਅਬਾਨੀਆਂ ਦਾ ਬਹੁਤ ਵੱਡਾ ਪਤਾ ਨਹੀਂ ਕੀ ਜੁਗਾੜ ਬਣਾ ਰਹੇ ਨੇ। 3000 ਕਿੱਲਾ ਰੋਕਿਆ ਇੱਥੇ ਲੁਧਿਆਣੇ ਕੋਲ, ਹੋਰ ਪੰਜਾਬ ਦੇ ਵਿੱਚ ਥਾਂ ਥਾਂ ਇਹਨਾਂ ਨੇ ਪਤਾ ਨਹੀਂ ਕਿੰਨੀਆਂ ਜ਼ਮੀਨਾਂ ਅਕਵਾਇਰ ਕਰਕੇ ਇਹਨਾਂ ਨੇ।